ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਆਪਾਂ ਟ੍ਰੈਕਿੰਗ ਕਰਨ ਚੱਲੇ ਆ, ਤੇ ਸੰਡੇ ਹੈਗਾ ਏ, ਤੇ ਮੌਸਮ ਵੀ ਵਧੀਆ, ਥੋੜੀ ਧੁੱਪ ਨਿਕਲੀ ਹੋਈ ਆ, ਤੇ ਤੁਹਾਨੂੰ ਦਿਖਾਨੇ ਆ। ਵੈਸੇ ਮੈਨੂੰ ਲੋਕੇਸ਼ਨ ਆਪ ਨੂੰ ਨਹੀਂ ਪਤਾ ਹਜੇ, ਤੇ ਕਰਦੇ ਆ ਡਿਸਾਈਡ ਰਾਹ 'ਚ ਜਾਂਦੇ ਹੋਏ ਤੁਹਾਨੂੰ ਵਿਊ ਦਿਖਾਉਂਦੇ ਆ। ਹੋਪਫੁਲੀ ਤੁਸੀਂ ਇਹ ਵਲੌਗ ਇੰਜੋਏ ਕਰੋਗੇ, ਤੇ ਚਲੋ ਚੱਲਦੇ ਆ। ਯਾਰਾਂ ਦੇ ਸਿਰਾਂ ਦੇ ਦੱਸ ਕਾਹਦੀ ਬੱਲੇ ਬੱਲੇ, ਨਾਲ ਆਪਾਂ ਘਰ ਦੀਆਂ ਬਣੀਆਂ ਟਿੱਕੀਆਂ ਇੰਜੋਏ ਕਰ ਰਹੇ ਹਾਂ। ਸੋਹਣਾ ਵਿਊ ਹੋ ਜਾਏ ਹਨਾ, ਪਰ ਵੈਸੇ ਕੈਨੇਡਾ ਦਾ ਵਿਊ ਵੈਸੇ ਹੀ ਸੋਹਣਾ ਹੈ। ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਟ੍ਰੇਲ 'ਤੇ, ਬਟ ਚਿੱਕੜ ਬਹੁਤ ਜ਼ਿਆਦਾ ਹੈਗਾ। ਅਤੇ ਟ੍ਰੇਲ ਦਾ ਨਾਮ ਹੈਗਾ ਲਾਈਮ ਹਾਊਸ ਸਾਈਡ ਟ੍ਰੇਲ, ਅਤੇ ਇਹਦੀ ਲੈਂਥ ਹੈਗੀ ਆ 230 meters। ਇਹ ਸਭ ਤੋਂ ਵੱਡੀ ਸਟਰਗਲ ਤਾਂ ਸਨੋਅ ਦੇ ਉੱਤੇ ਤੁਰਨ ਦੀ ਹੋ ਰਹੀ ਆ, ਪਰ ਵਿਊ ਚੈੱਕ ਕਰੋ। ਵੁੱਡਸ ਮੈਨੂੰ ਲੱਗ ਰਿਹਾ ਕਿ ਮੈਂ ਡਿੱਗੂੰਗੀ, ਪਰ ਚੱਲ ਕੋਈ ਨਾ, ਇੰਨਾ ਕਿਤੇ ਬੰਦ ਹੈ। ਤੇ ਸਾਰਾ ਬਹੁਤ ਬੁਰੀ ਤਰ੍ਹਾਂ ਤਿਲਕਰੀ ਆ, ਤੇ ਬਹੁਤ ਹੀ ਸੋਹਣਾ ਵਿਊ ਵੁੱਡਸ। ਇੰਡੀਆ ਆਪਾਂ ਕੈਨੇਡਾ ਜਾਵਾਂਗੇ ਇੱਦਾਂ ਇੱਦਾਂ ਹਨਾ, ਜਿਵੇਂ ਦੇਖਦੇ ਹਾਂ ਆਪਾਂ ਬਾਕੀ ਵਲੌਗਰਸ ਨੂੰ ਜਾਂ ਕਿਸੇ ਨੂੰ ਵੀ। ਤੇ ਅੱਜ ਉਹ ਚੀਜ਼ ਨੂੰ ਆਪੇ ਅੱਖਾਂ ਨਾਲ ਦੇਖ ਕੇ ਮਹਿਸੂਸ ਕਰਕੇ ਬਹੁਤ ਵਧੀਆ ਲੱਗ ਰਿਹਾ। ਚਲੋ ਆ ਜਾਓ ਆ ਜਾਓ, ਹਜੇ ਤਾਂ ਬਹੁਤ ਦੂਰ ਜਾਣਾ ਆਪਾਂ। ਸਨੋਅ ਦੇ ਕਾਰਨ ਰਸਤਾ ਨਹੀਂ ਦਿਖ ਰਿਹਾ, ਸਾਰਾ ਕਵਰ ਹੋਇਆ ਪਿਆ, ਬਸ ਇਕੱਲੇ ਅੰਦਾਜ਼ੇ ਨਾਲ ਹੀ ਤੁਰੇ ਜਾ ਰਹੇ ਹਾਂ। ਅਤੇ ਆਹ ਵਾਲੀ ਜਿਹੜੀ ਟ੍ਰੇਲ ਹੈ ਕਲੋਜ਼ ਹੈ, ਅਤੇ ਹੁਣ ਮੈਂ ਤੁਹਾਨੂੰ ਵਿਊ ਦਿਖਾਉਂਦੀ ਹਾਂ ਉਹ ਜਿਹੜਾ ਪੱਥਰ ਸਾਹਮਣੇ ਉੱਥੇ ਜਾ ਕੇ ਕਿੱਦਾਂ, ਥੋੜ੍ਹਾ ਰਿਸਕੀ ਆ ਰਾਹ ਪਰ ਚੱਲਦੇ ਹਾਂ। ਚਲੋ ਥੋੜ੍ਹਾ ਡਰ ਵੀ ਲੱਗ ਰਿਹਾ ਸੀ ਕਿਉਂਕਿ ਤਿਲਕਣ ਦਾ ਬਹੁਤ ਜ਼ਿਆਦਾ ਡਰ ਸੀ, ਪਰ ਬੜਾ ਵਧੀਆ ਲੱਗਾ। ਸਾਰੇ ਮੈਨੂੰ ਅੱਜ ਸਾਰਿਆਂ ਨੇ ਵੇਖਣ ਵਾਲਿਆਂ ਨੇ ਇਹ ਕਹਿਣਾ ਕਿ ਵਲੌਗ ਬੰਦ ਕਰ ਪਹਿਲਾਂ ਅਤੇ ਆਪਦੀ ਸੇਫਟੀ ਨਾਲ ਤੁਰੇ, ਪਰ ਚਲੋ ਕੋਈ ਨਾ, ਕਾਫੀ ਟਾਈਮ ਦੇ ਫੋਟੋ ਖਿਚਾਉਣ ਮਤਲਬ ਦਰੱਖਤ ਹੀ ਆ ਉਹ ਆਪਾਂ ਇੰਡੀਆ 'ਚ ਵੀ ਦੇਖੇ ਆ, ਇਸ ਕਰਕੇ ਆਪਾਂ ਫੋਟੋ ਦਾ ਥੋੜ੍ਹੀ ਜਿਹੀ ਕੰਸਨਟ੍ਰੇਸ਼ਨ ਦਾ ਕਰਦੇ ਪਏ ਹਾਂ। ਮੈਂ ਵਿਊ ਬਹੁਤ ਕਿਉਂਕਿ ਅੱਜ ਧੁੱਪ ਨਿਕਲੀ, ਜੇ ਧੁੱਪ ਨਾ ਨਿਕਲੀ ਹੁੰਦੀ ਫਿਰ ਕਿਉਂਕਿ ਫਿਰ ਕੀ ਫਾਇਦਾ ਹੈ ਨਾ, ਕਿਉਂਕਿ ਉੱਪਰ ਹੈ।
ਟੈਂਟ ਵੀ ਭਰ ਚੁੱਕੀ ਆ ਹੁਣ ਤੇ ਔਖਾ ਸੀ ਬੜਾ ਐਡਵੈਂਚਰ ਕਿੱਥੇ ਪਹੁੰਚ ਗਿਆ ਇੱਥੇ ਪਹੁੰਚੇ ਆ ਬਟ ਹੁਣ 5 ਵੱਜ ਗਿਆ ਤੇ 5:45 ਤੇ ਸਨਸੈਟ ਹੋ ਜਾਣਾ ਤੇ ਜੇ ਆਪਾਂ ਅੱਗੇ ਗਏ ਟਾਈਮ ਲੱਗ ਜਾਣਾ ਭਾਵੇਂ ਇੱਧਰ ਜਾਈਏ ਭਾਵੇਂ ਉੱਧਰ ਇਸ ਕਰਕੇ ਆਪਾਂ ਵਾਪਸ ਮੁੜਨ ਦੀ ਸਲਾਹ ਕੀਤੀ ਆ ਤਾਂ ਕਿ ਤੁਸੀਂ ਸਾਰਿਆਂ ਨੇ ਇੱਥੋਂ ਦੀ ਵਲੋਗ ਇੰਜੋਏ ਕੀਤਾ ਹੋਊਗਾ ਸੋ ਵਿਊ ਤਾਂ ਇੱਦਾਂ ਹੀ ਆ ਅੱਗੇ ਜਾਂਦੇ ਤਾਂ ਥੋੜ੍ਹਾ ਹੋਰ ਜ਼ਿਆਦਾ ਹੈ ਨਾ ਫਨ ਹੋਣਾ ਸੀ ਬਟ ਆਪਾਂ ਜਿਵੇਂ ਜਿਵੇਂ ਆ ਸਨੋਅ ਵਗੈਰਾ ਪਿਘਲੇਗੀ ਆਪਾਂ ਹੋਰ ਜ਼ਿਆਦਾ ਟ੍ਰੇਲਸ 'ਤੇ ਜਾਵਾਂਗੇ ਟਰੈਕਿੰਗ ਕਰਨ ਅਤੇ ਹੁਣ ਚਲੋ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਅਤੇ ਵਲੋਗ ਦਾ ਇੱਥੇ ਕਰਦੇ ਐਂਡ ਕਿਉਂਕਿ ਖੇਤੀ ਵਾਪਸ ਵੀ ਜਾਣਾ ਆ ਚਲੋ ਚਲੋ ਚਲੋ।